ਵਧਦਾ ਜਾਂਦਾ ਪਸੀਨਾ ਯਾ ਨਬੀ ਅੱਲਾ ਜੇ ਕਦ ਯਾਦ ਤੇਰੀ ਯਾਦਾਂ ਵਿੱਚ ਨਹੀਂ ਏ ਮੇਰਾ ਕੀ ਫਿਰ ਜੀਣਾ ਯਾ ਨਬੀ ਅੱਲਾ ਓ ਕਿਸਮਤ ਵਾਲੇ ਮਮਤਾਜ ਤੇ ਮੈਂ ਕਦ ਤੱਕ ਸਾਂ ਮਦੀਨਾ ਯਾ ਨਬੀ ਅੱਲਾ ਕਿਸਮਤ ਵਾਲੇ ਮਮਤਾਜ ਤਾਂ ਵੇਖਾਈ ਨੀ ਮੈਂ ਕਦ ਤੱਕ ਸਾਂ ਮਦੀਨਾ ਯਾ ਨਬੀ ਅੱਲਾ ਤੇ ਤੁਸਾਂ ਸਾਰਿਆਂ ਦੋਸਤਾਂ ਦੀ ਨਜ਼ਰ ਇੱਕ ਦੋ ਬੋਲ ਉਹ ਕਿਹੜੇ ਆਵਾਜ਼ ਦਿੱਤੀ ਕੁਲ ਨਬੀਆਂ ਦੇ ਸਰਦਾਰ ਮਦੀਨੇ ਵਾਲੇ ਜੀ ਕੁਲ ਨਬੀਆਂ ਦੇ ਸਰਦਾਰ ਮਦੀਨੇ ਵਾਲੇ ਜੀ ਸਭ ਰੋਜ਼ੇ ਤੇ ਇਤਵਾਰ ਮਦੀਨੇ ਜਿਹੜਾ ਮਜ਼ਾ ਦਰੂਦੋ ਸਲਾਮ ਅੰਦਰ ਨਾ ਉਹ ਸਿੱਟ ਵਿੱਚ ਹੈ ਨਾ ਸਟੈਂਡ ਵਿੱਚ ਹੈ ਉਹ ਇੱਥੇ ਉੱਥੇ ਜਾਣਾ ਦੀ ਸਭ ਨਾਮਤ ਨਾ ਸਵੇਰੇ ਹਜ਼ੂਰ ਦੇ ਹੈਂਡ ਵਿੱਚ ਹੈ ਜੇ ਹੋਵੇ ਮਨਜ਼ੂਰੀ ਆਦਾ ਵਾਲੇ ਜੀ
ਤੁਹਾਨੂੰ ਵੀ ਦੱਸੋ ਚੰਦੀ ਗੱਲਾਂ ਮੀਆਂ ਮੁਹੰਮਦ ਬਖਸ਼ ਸਾਹਿਬ ਅਬਦੁੱਲਾ ਲਿਆਰ ਤੇ ਖੜੀ ਹਾਜ਼ਰੀ ਦੇ ਤੌਰ ਟਾਈਮ ਨਹੀਂ ਮੈਂ ਦੱਸ ਮੁਤਲਾ ਕੋਸ਼ਿਸ਼ ਕਰ ਰਿਹਾ ਕਿ ਆਸਤੇ ਆਸਤੇ ਤੁਸਾਂ ਦੀ ਮਰਜ਼ੀ ਵਾਲੇ ਪਾਸੇ ਆਈ ਹੈ ਆਪਣੀ ਮਰਜ਼ੀ ਨਾਲ ਜ਼ਿਆਦਾ ਇੰਤਜ਼ਾਮੀਆਂ ਦੋਸਤਾਂ ਦੀ ਚਾਹਤ ਹੈ ਕਿ ਸ਼ੇਰ ਸੁਣਾਓ ਦੋ ਚਾਰ ਚਾਰ ਗੱਲਾਂ ਮੀਆਂ ਸਾਹਿਬ ਦੀਆਂ ਤੇ ਇਸੇ ਤੋਂ ਬਾਅਦ ਤੁਸਾਂ ਦੋਸਤਾਂ ਦੀ ਮਰਜ਼ੀ ਤੇ ਸਰਕਾਰ ਫਰਮਾਣੇ ਰਾਤ ਪਵੇ ਤੇ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਸਰਕਾਰ ਨੇ ਸਫਲ ਮਲੂ ਜਿਸ ਤਰ੍ਹਾਂ ਅਜ਼ੀਜ਼ ਤੁਸੀਂ ਦੱਸਿਆ ਮੀਆਂ ਸਾਹਿਬ ਸਰਕਾਰ ਫਰਮਾਉਣੇ ਭਾਈ ਮੇਰੀ ਕਲਾਮ ਐਸੇ ਹੈ ਕਿ ਬਾਤ ਮਜਾਜ਼ੀ ਰਮਜ਼ ਕਹਾਣੀ ਉਸ ਵੀ ਹਕੀਕਤ ਹੈ ਵਣ ਵਣਾਂ ਦੀ ਕਾਠੀ ਸਫਰ ਵਿੱਚ ਕਿਤਾਬ ਬਣਾਈ ਤੇ ਸਾਹਿਬ ਛੁੱਪੀ ਵਿੱਚ ਲਾਠੀ ਜਿਲ੍ਹਾ ਕਲਾਸ਼ਨ ਕੋਫਾਣਾ ਦੌਰ ਨਿਸਾ ਹੋਣਾ ਇੱਕ ਚੂੜੀਦਾਰ ਡੰਡਾ ਹੋਣਾ ਸਭ ਪੁਰਾਣੇ ਬੰਦੇ ਨੇ ਪਤਾਇਆ ਉਹ ਚੂੜੀ ਚਾਰੋ ਤੇ ਡੰਡਾ ਬੈਂਦ ਬਣੀ ਜਾਣਾ ਸਾ ਚੂੜੀ ਖੋਲੋ ਤੇ ਇੱਕ ਪਾਸਾ ਬਰਸ਼ੀ ਨਾ ਫਲ ਆਉਣਾ ਸਾ ਸਰਕਾਰਾਂ ਨੇ ਮੇਰੀ ਕਲਾਮ ਐਸੇ ਹੈ ਆਵਾਜ਼ ਦਿੱਤੀ ਦਰਦ ਵਾਲੇ ਨੂੰ ਧੰਗ ਸਜਣ ਦੀ ਸੁੱਤਿਆਂ ਆਣ ਜਗਾਵੇ ਆਵਾਜ਼ ਦਿੱਤੀ ਇਹ ਕਸਮ ਅੱਲਾ
या तेरी गल आर सतावे ਜਾਨੀ ਚੜਿਆ ਤੋੜ ਮੁਹੰਮਦ ਤਾਂ ਉੱਡ ਗਈ ਏ ਗੁਰਲਾਗੀ ਤਾਂ ਚੌਧਰੀ ਸਾਹਿਬ ਚੌਧਰੀ ਸ਼ਕੂਰ ਸਾਹਿਬ ਚੌਧਰੀ ਖੁਰਮ ਸਾਹਿਬ ਤੇ ਸਾਡੇ ਮੋਸਨ ਚੌਧਰੀ ਅਸਲਮ ਸਾਹਿਬ ਫਕੀਰ ਨਾ ਗੁਜ਼ਰ ਹੋਇਆ ਤਾਂ ਬੁਲਬੁਲ ਬਾਗ ਵਿੱਚ ਰੋਣੀ ਉਸ ਆਇਆ ਨਵਾਣੀ ਕਿਉਂ ਰੋਣੀ ਹੈ ਇਹ ਬਾਗ ਤੇਰਾ ਦੁਬਾਰਾ ਹਰਾ ਹੋ ਜਾਸੀ ਬੁਲਬੁਲ ਆਰੀ ਆ ਬਾਰੀ ਤਾਲਾ ਜ਼ਬਾਨ ਅਤਾ ਕਰ ਤੁਹਾਡੇ ਅੱਲਾ ਵਾਲੇ ਨਾਲ ਦੋ ਗੱਲਾਂ ਕਰਾਂ ਜ਼ਬਾਨ ਅਤਾ ਹੋਈ ਆਖਿਆ ਐ ਫਕੀਰ ਤੂੰ ਇਹ ਦੱਸ ਸਕਣਾ ਹੈ ਕਿ ਜਿਹੜਾ ਦੁਬਾਰਾ ਇਹ ਹਰਾ ਹੋ ਸੀ ਤਾਂ ਮੈਂ ਜ਼ਿੰਦਾ ਹੋ ਸਾਂ ਤਾਂ ਮੀਆਂ ਸਾਹਿਬ ਸਰਕਾਰ ਫਰਮਾਣੇ ਤਾਂ ਕਿਹੜੀ ਗੱਲ ਆਣੇ ਆਈ ਖਿਜ਼ਾਤ ਹੈ ਬੁਲਬੁਲ ਰੋਵੇ ਆਈ ਖਿਜ਼ਾਤ ਹੈ ਬੁਲਬੁਲ ਰੋਵੇ ਜਿਨ੍ਹਾਂ ਦੀ ਕਿਸਮਤ ਪਾਣੀ ਲਿਖਿਆ ਕੌਣ ਪਲਾਵੇ ਲੱਸੀਆਂ ਮੈਂ ਉਹ ਛੱਤਾਂ ਪਰ ਜਿੱਥੇ ਚੌਧਰੀ ਸਾਹਿਬ ਲੰਗਰ ਨਾਲ ਇਤਮਾਮ ਕੀਤਾ ਥੱਲੇ ਤੱਕਿਆ ਪੰਜੀਤਰੀ ਮੰਜਾਂ ਵੱਧ ਗਈਆਂ ਮੈਂ ਕਸ਼ਮੀਰ ਨਾਲ ਰਹਿਣ ਵਾਲਾ ਆ ਸ਼ਹਿਰਾਂ ਮੈਂ ਮੰਜੀ ਗਰਾਸਾਂ ਵੀ ਰੱਖੀ ਰੱਖੀਆਂ ਹੁਣ ਮੈਂ ਇੱਥੇ ਰਹਿਣਾ ਆ ਪਿੰਡੀ 23 ਸਾਲ ਤੋਂ ਇੱਥੇ ਤਾਂ ਮੈਂ ਰੱਖੀਆਂ ਤਾਂ ਜੇ ਲੱਸੀ ਪਲਾਉਣਾ ਤੁਸਾਂ ਕੰਮ ਆ ਮਾੜਾ ਨਹੀਂ ਤੇ ਜੇ ਮਾੜੇ ਗ੍ਰਾਹ ਆਏ ਹੋ ਤਾਂ ਅੱਲਾ ਦੀ ਕਸਮ ਹੈ ਅੱਗਾ ਗਡਵੇੜ ਗਡਵੇ ਰੱਖਸਾ ਨਹੀਂ ਵੀ ਦੇਸਾ ਆਵਾਜ਼ ਦਿੱਤੀ ਇਹ ਭਾਗ ਦੇ ਵਿੱਚ ਬੁਲਬੁਲ ਬੋਲੇ ਭਾਗ ਦੇ ਬੁਲਬੁਲ ਬੋਲੇ ਕਸੀਆਂ ਬੋਲਣ ਪਾਣੀ ਰਲ ਮਿਲ ਕਸੀਆਂ ਸ਼ੋਰ ਮਚਾਇਆ ਉੱਡ ਗਈ ਰੇਤ ਨਵਾਨੀ ਰਲ ਮਿਲ ਕਸੀਆਂ ਸ਼ੋਰ ਮਚਾਇਆ ਉੱਡ ਗਈ ਰੇਤ ਨਵਾਨੀ
बड़ी प्यारी गल मोहतरम ने की थी कि माड़े को जल आए हो तो मटके ने मटके पेश कर दे सा। कई बार शाह जी गए हैं तो पता लगा पर हाने रहने शाह है। वो तो मैं पहले भाई ना मैं इतना रहना जिला ग्राह आए हो असा ग्राह पे कुछ नहीं है तो वो ग्राह वाले आने शाह तो पिंडी रहने ने नारो चलिया कर मासड़िया कोशिश करने के खुश करके भेजिए। वैसे शार भी बड़े दिहाड़े हो गए लगातार लगे लेकिन इन्होंने जितनी खिदमत कर सो इंशाल्लाह जवान ही नजर आ सकता चा पानी पी के पिछे मुड़ो तो तुसा थोड़ी जी माड़िया भी सुनो। हज़रात ग्रामी थोड़ी देर पहले पीरां बादशाह और चौधरी साहब हजूर ने नात पढ़ी बड़ा मजा आया बड़ा चस्का आया। वो घराना ही ऐसा है वो मकाम ही ऐसा है जिस वेला भी पढ़िया जाए जिस वेला भी जिक्र किया जाए मोमन जेड़ा मुसलमान है उसका दिल मोमन हो गए। इस तरह मैं अपने दिल ना आधार तुसें एक दो गल्लां मदीने आह्ले सरकार ने सुनाना मैंने भी दिल नहीं ख्वाहिश है। बिस्मिल्लाह जनाब सरदार तो चौधरी शफकत साहब वेलकम वेलकम मेहरबानी। पहला शेर है सोच सोच के फिर पिया सोचना वा केड़ा टंग मदीने मैं करी गचा। सोच सोच के फिर पिया सोचना वा केड़ा टंग मदीने मैं करी गचा जेड़ा जांदा समुंदर मदीने वलू चालू से समुंदर अज करी गचा। पर सुने जिसलै समुंदर अज बढ़से तो बड़िया गल्लां सुन उत डुब से भी उथे उथे गोते भी आसन पर ख्याल किया भाई जेड़ा जांदा समुंदर मदीने वलू चलो उसे समुंदर विच तरी गच्छा डुबा तरा तो फिर भी ना मरा कखा कंडिया नाल मैं अड़ी गच्छा। भाई जितने है गना मेरी जिंदगी दे सारे विच समुंदर ने तरी गच्छा वो गुजर जावा समुंदर निया लहरा विचू तो औखा सौखा पार मैं चढ़ी गच्छा। भाई कोई ने डके तो होवे सुहाब ऐसा सीधा शहर मदीने मैं बड़ी गच्छा एक बार अजूर ना रोजा तक आशक बेशक मदीने ही मरी गच्छा। पैनारे 45 लाख जवान जा रहा बोलिया करो पिछे मैं बुढ़ा जाना नहीं रहा लिखण वाले मैं अनपढ़ बना कदे कोई काफिया कुलिया अगे पिछे कोई नफसानी तब्दीली तो माजरत बहरहाल मैं कोशिश कर सा पूरा चुनने लिखण वाले कर दे मेहरबानी लिखण वाले कर दे मेहरबानी मेरी किस्मत शाह मदीना लिख दे लिखण वाले कर दे मेहरबानी मेरी किस्मत रोजा सरकार लिख दे
जदू लिखे मदीने जान दी गल एक बार नहीं कई कई बार लिख दे पावे लिख गलामा विच ना मेरा पावे नौकर पावे ताबेदार लिख दे ओ आशिक करा मदीने दिया साफ गलियां ए उठे मेरी कारोबार लिख दे। एक बंदे सवाल किया मेरे को भाई आज ही लोग जाने उतु मुड़ का आने बड़े जिक्र कर रहे बढ़िया सिफता कर रहे बढ़िया तारीफा कर रहे खजूर आने आबे जम जम आने वगैरह वगैरह जाली ने जिक्र होना तो ओ, मैं अनपढ़ बंदा सा रफड़ के प्यार बरगल मैं तोड़ लग गया इस तरह भी कदे किस्मत मदीने नू ला जावे गल किस्मत नहीं है तकदीर नहीं है उस जाई दी हाजरी हर बंदे नहीं हो सकती कदे किस्मत मदीने नू ले जावे जाली सीने ना लावा ता डका कोई ना जाके डिगा हजूर दिया विच कदमा जाके डिगा हजूर दिया विच कदमा दुख अपने सणावा ता डका कोई ना पानी जम जम दा पिया राज राज के नाले लोका ही पलावा ता डका कोई ना ओ आशिक आणा खजूरा मदीने दिया ता सारा बणदा ही जावा ता डका कोई ना। लो साहब टाइम थोड़ी जी किलो था मैं शार्ट कर सा एक शेर मैं तुसा की ओ मकाम ते नहीं आया ओ टाइम नहीं आया तुसा ये शेर खान सुना सुन पर मैं अपनी हाजरी पूरी करने वास्ते मैं एक गल मैंने अंदर उबलनी है मैं एक नवा तुसा की शेर सुनाना वाकई करबला पर शाह जी जे ना छोड़ मदीना जांदे कलबर विच जे ना छोड़ मदीना जांदे करबल विच ना ही अड्डी दुखी दास्तान होंदी ना खोल के लोग कुरान पढ़दे और ना मस्जिदा विच अजान होंदी ना करबल विच ढुलदा शबीर दा लहू ना बीबी जानम परेशान होंदी ओ आशिक नेजे ते ना हुसैन चढ़दा ना दीन सलाम दी शान होंदी। लो जनाब मेहरबानी हुण मैं खत्म कर सचा पी रहे हो सारे नेक्स्ट कदे टाइम मिले मैं लुच जरूर तलसा साड़ी बजमे साड़ी मोहतरम जैद बट साहब सब्जी मंडी तू मेरा जबर वेलकम खुश अमदीद अस अपनी तरफ और खसूसी इंतजामिया ग्रुप चौधरी असलम साहब साड़ी मोहतरम चौधरी इमरान साहब चौधरी शकूर साहब साड़े मामू चौधरी फजल हुसैन साहब इन दोस्तों की चाह और साड़े बाबा जी चौधरी अकरम साहब इन्होंने चाह खसूसी सैयद तनवीर हुसैन शाह साहब की तरफ जैद भट साहब की खुशामदीद वेलकम कहने एक शेर इन वास्ते मैं तुसें दोस्तें ही सुनाना शेर कुछ इस तरह है ਆਇਆ ਮੈਂ ਹੱਥ ਪੌੜੀ ਦਾ
اشنی جے مری گچھاں ڈاڈا اوکھا وقت لنگان آیا پے بھائی ایک بے وفا نال دل لایا جس نے گلا رونا تے تڑپنا میں ویسے تے میں شیر پڑھو سا بھائی سنگی آئے بسم اللہ سا رکھیاں دے تسا آیا مہمانا دا شکریہ اے دور دور تشریف لے آئے تسا سبنا مہربانا دا شکریہ اے بارا جس طرح تارک چودھری شیر پڑھیا اس طرح میں بھی سوئی سنانا ہے آواز دیتی دلا گروپ سودا علی چودھری اسلم صاحب چودھری عاشق صاحب چودھری عمران صاحب چودھری فضل صاحب تے میرے دوست بٹ زائد صاحب تے انہاں نے ساتھی تے تساں سارے بھائی واجد تے چودھری فضل صاحب او گل کیڑی لکھدا اے کہ با گل رہنی بڑے جوگی چودھری کہ با چودھری اکرم جی کیڑی سوچے گم سمیو
ਚੋਲੀ ਇਹਨਾਂ ਲੋਕਾਂ ਦੀ ਚਾਹਤ ਹੈ ਕਿ ਕਦਰੀ ਨਾ ਆਉਂਦੀ ਜੇਕਰ ਦਿਲ ਦੇਂਦਾ ਕਦਰਦਾਨ ਨੂੰ ਮੈਂ ਆਖਿਆ ਜਿਹੜਾ ਦਿਲ ਲੱਗੀ ਜਾ ਇਹ ਫੈਸਲਾ ਪਹਿਲੇ ਕਰਨਾ ਪੈਣਾ ਜਿਹੜਾ ਦਿਲ ਚਾਹੀਦੇ ਹੋ ਉਸਲੇ ਦਿਲ ਦਿਲ ਨਾਲ ਅਨਵਰ ਲਗਾਈ ਰੱਖਾਂ ਤੂੰ ਛੋੜ ਭਾਵੇਂ ਅਸਾਂ ਛੱਡਣਾ ਨਹੀਂ ਕਿਉਂ ਇਹ ਦਿਲ ਬੜੀ ਕੀਮਤੀ ਚੀਜ਼ ਦੀ ਜਿਹੜਾ ਇਹ ਚਾਹੀਦੇ ਹੋ ਤੇ ਇਸ ਨਾਲ ਸੌਦਾ ਹੋਈ ਜਾ ਤੇ ਫਿਰ ਇਹ ਗੱਲ ਟੱਲੀ ਨਹੀਂ ਆਵਾਜ਼ ਦਿੱਤੀ ਫਿਰ ਲੋਕ ਭੇਦਾਣੇ ਦੇਣੇ ਰਹੇ ਨਾਰਾਜ਼ ਹੁੰਦਾ ਦਿਲ ਪਿੱਛੇ
के असीदा नहीं, असा हर किसी इस गल ने कायल ना। पर मैं आख्या भाई खावर दिल दिलदार दे वल गया, उसकी चाही जे दिता मेरे कोल अरमाना दी लाश रह गई। अग्गा चौधरी राणा साहब अक्की था दिल रखिया ही माड़ा छपाई के ते, मैं आया दिल दिलदार को चला गया चाही दिता। तो हूं आने भाई झूठा प्यार जता के माइया वे जड़े हर वेला तेनू याद कर दे, दिलू दूर ना बोलू कदे नसीदा नहीं, नेड़े हो के रब महबूब सुनता रहा ताकि किसी असीदा नहीं। तवाज दी बताए।
یقین لیسے ہوتا تیرے بغیر گزارا ہی نہیں ساڑی ان سنا ہوئی گی چودھری صاحب چونکہ نکاح عزیز آ تیس آیا بھائی توڑا تھی بغیر تسند بغیر گزارا نہیں ہونا تا سا نہ کم آ انہ کی نال لانا بڑے والا کام آ چھوٹے پر شفقت کرنا یہ سارا فرض آ تا آواز دیتی یہ جڑا میں شیر پیش کرنا ریان بٹ یا سفیان بٹ نہیں نظر کرنا یا آواز دیتی اے لو جی دید پورے جو اے محلوب کر کے Thank you.
منور ایویں رہی اساں یاری لگائی دا نہیں آواز دیتی انور فراق قریشی صاحب سرکار اگلے مقام تے اتھے